देख रहे सारे मेरे दर्शकों का तुहाडे अपने चैनल हिमालवी विच स्वागत है। ते अज दी वीडियो च मैं तुहानू दसन जा रही है मनप्रीत तूर दा बहुत ही फेमस सॉन्ग बिलोंग लाची दे उत्ते कुछ स्टेप्स जो ऑलरेडी मैं वीडियो मेरे चैनल च है उस वीडियो नू तुसी काफी पसंद किया। ते अज ओ मेरी एक निक्की जी कोशिश है कि उस दे उत्ते स्टेप सिखावांगी ते तुसी इस तरह ही बने रहो। जे बने रहोगे ते तदी तुहानू समझ आएगा। ते चलिए हुण असीं अपनी वीडियो शुरू करते हैं। हवे तू लौंग वे मैं लाची तेरे पीछे आ गवाची तेरे इश्क ने मारी कुड़ी कच दी कवारी तेरे इश्क ने मारी कुड़ी कच दी कवारी। वे मैं चंबे दे पहाड़ा वाली शाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया। हाँ मेरे सुन्ने सुन्ने पैर तू ता जाना रहना शहर बहुता मंग दी ना थोड़ा ले दे चंजे फ्रेंड्स जिवें ही म्यूजिक शुरू हुंदा है तुसी सब तो पहले की स्टेप करना है तुसी अपने पैर दे नाल इस तरह जीरो बनाना है अंगूठे दे नाल और उदे उत्ते हाथ घुमाना है इस तरह। पहले असी इत्थे करांगे राइट साइड तो फिर असी लेफ्ट साइड तो ए असी फोर टाइम करांगे। किस तरह 1 2 3 देन 4 4 ते आके असी पॉज लवांगे। फिर उस तो बाद आएगा तू लौंग वे मैं लाची उस विच की करना है फुटवर्क इस तरह जाएगा इस तरह इंडेक्स फिंगर नाल तू लौंग वे मैं लाची तेरे पीछे हां गवाची उस विच की करना है तुसी अपना सूट फट सकते हो कमर ते हाथ रख दो तेरे पीछे हां गवाची तेरे पीछे हां गवाची। फिर इस तो बाद रिपीट हुंदा है लौंग वे मैं लाची दो बार हुंदा है लौंग वे मैं लाची तेरे पीछे हां गुआची। इस नु तुसी गुआची विच इस तरह करना है लौंग लाची विच इस तरह करना है विद तुसी साइड ठुमका लगा के और तुहाडा पैर जेड़ा है इस तरह टैप करेगा इस लौंग वे मैं लाची तेरे पीछे हां गुआची। गुआची दे विच तुसी हल्का जिहा सर्कल भी ले सकते हो अगे पिछे भी आ सकते हो ठीक है। इस विच किवें करना है तुसी लौंग वे मैं लाची तेरे पीछे हां गवाची तेरे इश्के दी मारी है ना। फिर उस तो बाद हाथ इस तरह करके इंडेक्स फिंगर तेरे इश्के दी मारी वे मैं कच दी कवारी। फिर उस तो दो बार आंदी है लिरिक तेरे इश्के दी मारी वे मैं कच दी कवारी वे मैं चंबे दे पहाड़ा दी शाम वे मुंडिया। इस विच असी की करांगे
ਸਾਡਾ ਫੁੱਟਵਰਕ ਡਿਪਿੰਗ ਹੀ ਚੱਲ ਰਿਹਾ ਹੈ। ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਹੱਥ ਕਰਾਂਗੇ, ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ। ਟੂ ਟਾਈਮਸ ਡਿਪਿੰਗ ਚੱਲ ਰਹੀ ਹੈ, ਹੱਥ ਕੀਤਾ, ਇੱਕ ਹੱਥ ਤੁਸੀਂ ਪੂਰਾ ਸਟ੍ਰੇਟ ਕਰੋਗੇ, ਉੱਥੋਂ ਸ਼ਾਮ ਤੁਸੀਂ ਲੈ ਕੇ ਆਓਗੇ, ਏਦਾਂ ਕਰੋਗੇ, ਸ਼ਾਮ ਤੁਸੀਂ ਲੈ ਕੇ। ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ, ਸੰਦਲੀ 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 ਨੈਣਾਂ ਦੇ ਵਿੱਚ ਤੇਰਾ ਨਾਮ ਵੇ ਮੁੰਡਿਆ। ਸਰਕਲ ਲੈ ਕੇ ਤੁਸੀਂ ਇਸ ਤਰ੍ਹਾਂ ਜੰਪ ਕਰਨਾ ਹੈ, ਹੱਥਾਂ ਨੂੰ ਇਸ ਤਰ੍ਹਾਂ ਕਰਕੇ ਸਪਿਨ ਕਰਨਾ ਤੁਸੀਂ, ਫਿਰ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਚੱਲੇਗਾ। ਆਈਜ਼ ਨੂੰ ਟੱਕਣਾ ਹੈ, ਇਹ ਹੱਥ ਤੁਸੀਂ ਇਸ ਤਰ੍ਹਾਂ ਯੂਜ਼ ਕਰਨੇ ਹੈ, ਇੱਕ ਇਸ ਤਰ੍ਹਾਂ ਜਾਏਗਾ, ਓਪੋਜ਼ਿਟ ਚੱਲਣਗੇ ਹੱਥ ਅੱਖਾਂ ਦੇ ਸਾਹਮਣੇ, ਔਰ ਹਲਕਾ ਜਿਹਾ ਤੁਹਾਡਾ ਫੇਸ ਨਜ਼ਰ ਆਉਣਾ ਚਾਹੀਦਾ ਹੈ, ਇਹ ਨਹੀਂ ਕਿ ਤੁਹਾਡਾ ਪੂਰਾ ਫੇਸ ਹੀ ਛੁਪ ਜਾਏ, ਹੈ ਨਾ। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ, ਇਸ ਤਰ੍ਹਾਂ ਸੰਦਲੀ ਸੰਦਲੀ ਨੈਣਾਂ ਦੇ ਵਿੱਚ ਤੇਰਾ ਨਾਮ ਵੇ ਮੁੰਡਿਆ, ਸੰਦਲੀ ਸੰਦਲੀ ਨੈਣਾਂ ਦੇ ਵਿੱਚ ਤੇਰਾ ਨਾਮ ਵੇ ਮੁੰਡਿਆ। ਉਸ ਤੋਂ ਬਾਅਦ ਜਿਹੜੀ ਬੀਟ ਆਉਂਦੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਘੁੰਮਣਾ, ਵਨ ਟੂ, ਨੀਚੇ ਦੀ ਸ਼ੁਰੂ ਕਰਨਾ, ਤੁਸੀਂ ਹੱਥ ਤੁਹਾਡਾ ਕਮਰ ਦੇ ਇੱਦਾਂ ਹੋਣਾ ਚਾਹੀਦਾ, ਐਂਗਲ ਇਸ ਤਰ੍ਹਾਂ ਬਣਨਾ ਚਾਹੀਦਾ ਹੈ, ਫਿਰ ਉਸ ਤੋਂ ਬਾਅਦ ਵਨ ਟੂ ਵਨ ਇਸ ਨੂੰ ਦੇਖਦੇ ਹੋਏ ਜਾਣਾ, ਫਿਰ ਫਰੰਟ ਲੈ ਲਿਆ, ਨੀਚੇ ਆਏ, ਦੈਨ ਤੁਸੀਂ ਫਿਰ ਇਸ ਤਰ੍ਹਾਂ ਕੀਤਾ। ਇਸ ਬੀਟ ਨੂੰ ਤੁਸੀਂ ਇਸ ਤਰ੍ਹਾਂ ਕਵਰ ਕਰ ਸਕਦੇ ਹੋ, ਫੁੱਟਵਰਕ ਡਿਪਿੰਗ ਹੈ, ਹੱਥ ਤੁਹਾਡੇ ਇਸ ਤਰ੍ਹਾਂ ਹੈ, ਤੁਸੀਂ ਇਸ ਤਰ੍ਹਾਂ ਸਰਕਲ ਲੈਣਾ, ਔਰ ਜਦ ਵੀ ਤੁਸੀਂ ਇੱਥੋਂ ਨਹੀਂ ਸ਼ੁਰੂ ਕਰਨਾ, ਸਰਕਲ ਇੱਥੋਂ ਸ਼ੁਰੂ ਕਰਨਾ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਤੇਰੇ ਸੁੰਨੇ ਸੁੰਨੇ ਪੈਰ, ਤੂੰ ਤੇ ਜਾਂਦਾ ਰਹਿੰਦਾ ਸ਼ਹਿਰ, ਹੈ ਨਾ। ਇਸ ਵਿੱਚ ਅਸੀਂ ਕੀ ਕਰਾਂਗੇ, ਤੇਰੇ ਸੁੰਨੇ ਸੁੰਨੇ ਪੈਰ, ਸੁੰਨੇ ਸੁੰਨੇ ਪੈਰਾਂ ਵਿੱਚ ਅਸੀਂ ਕੀ ਕਰਾਂਗੇ, ਇੱਕ ਪੈਰ ਨੂੰ ਲਵਾਂਗੇ, ਤੇਰੇ ਸੁੰਨੇ ਸੁੰਨੇ ਪੈਰ, ਕ੍ਰੋਸ ਕੀਤਾ ਹੱਥਾਂ ਨੂੰ, ਪੈਰ ਕਿਵੇਂ ਚੱਲਿਆ, ਵਨ ਟੂ ਵਨ ਟੂ, ਹੈ ਨਾ, ਇਸ ਤਰ੍ਹਾਂ, ਤੇਰੇ ਸੁੰਨੇ ਸੁੰਨੇ ਪੈਰ, ਤੂੰ ਤੇ ਜਾਂਦਾ ਰਹਿਣਾ ਸ਼ਹਿਰ, ਸਾਈਡ ਵਿੱਚ ਜਾਣਾ, ਜਾਂਦਾ ਰਹਿਣਾ ਸ਼ਹਿਰ, ਬਹੁਤਾ ਮੰਗਦੀ ਨੀ ਥੋੜਾ, ਹੱਥ ਕਿਵੇਂ ਚੱਲਣਗੇ, ਕਹਿੰਦੇ ਨੇ ਬਹੁਤਾ ਥੋੜਾ, ਤੇ ਹੱਥਾਂ ਨੂੰ ਇਸ ਤਰ੍ਹਾਂ ਅਸੀਂ ਕਰਨਾ, ਬਹੁਤਾ ਮੰਗਦੀ ਨਾ ਥੋੜਾ, ਲੈ ਤੇ ਝਾਂਜਰਾਂ ਦਾ ਜੋੜਾ, ਜਿਹੜਾ ਅਸੀਂ ਝਾਂਜਰਾਂ ਦਾ ਜੋੜਾ ਕਰਨਾ ਉਹ ਅਸੀਂ ਇੱਕ ਹੱਥ ਦੇ ਨਾਲ ਕਰਨਾ, ਇਸ ਤਰ੍ਹਾਂ ਲੈ ਦੇ ਝਾਂਜਰਾਂ ਦਾ ਜੋੜਾ, ਮੇਰੇ ਸੁੰਨੇ ਸੁੰਨੇ ਪੈਰ ਉਹ ਅਸੀਂ ਦੋਨਾਂ ਹੱਥਾਂ ਨਾਲ ਕਰਨਾ, ਮੇਰੇ ਸੁੰਨੇ ਸੁੰਨੇ ਪੈਰ, ਲੈ ਦੇ ਝਾਂਜਰਾਂ ਦਾ ਜੋੜਾ, ਜਿਹੜਾ ਵਿਕਦਾ ਬਾਜ਼ਾਰ ਵਿੱਚ ਆਮ ਵੇ ਮੁੰਡਿਆ, ਜਿਹੜਾ ਵਿਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆ। ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਸੰਦਲੀ ਸੰਦਲੀ ਨੈਣਾਂ 'ਚ ਤੇਰਾ ਨਾਮ ਵੇ ਮੁੰਡਿਆ। ਇਸ ਕੋਰੀਓਗ੍ਰਾਫੀ ਵਿੱਚ ਮੈਂ ਜ਼ਿਆਦਾ ਵਾਈਬ੍ਰੇਸ਼ਨਸ ਨਹੀਂ ਰੱਖੀਆਂ ਹੈ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਿੰਪਲ ਸਟੈਪਸ ਲੈ ਕੇ ਅਤੇ ਤੁਸੀਂ ਇਸਨੂੰ ਸਿੱਖ ਲਵੋ, ਕਿਉਂਕਿ ਜ਼ਿਆਦਾ ਵਾਈਬ੍ਰੇਸ਼ਨ ਰੱਖਾਂਗੀ ਤਾਂ ਥੋੜ੍ਹਾ ਯਾਦ ਕਰਨ ਵਿੱਚ ਦਿੱਕਤ ਰਹੇਗੀ। ਅਤੇ ਮੇਰੀ ਇਹ ਜਿਹੜੀ ਕੋਸ਼ਿਸ਼ ਹੈ, ਲੋਕਡਾਊਨ ਚੱਲ ਰਿਹਾ ਹੈ ਨਾ, ਅਤੇ ਤੁਸੀਂ ਛੋਟੀ ਜਿਹੀ ਵੀਡੀਓ ਬਣਾਈ ਹੈ ਤਾਂ ਕਿ ਜ਼ਿਆਦਾ ਲੰਬੀ ਨਾ ਜਾਏ, ਜ਼ਿਆਦਾ ਲੰਬੀ ਵਿੱਚ ਇੰਨਾ ਸਮਝ ਨਹੀਂ ਆਉਂਦਾ। ਫਰੈਂਡਸ, ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਆਦੀ ਸਹੇਲੀਏ ਬੈਠੀ ਸਹੇਲੀਏ ਡਾ ਮੰਜੀ ਦਰਵਾਜੇ, ਵੇ ਹੋਰ ਸਹੇਲੀਆਂ ਗਰਮ ਸੁਭਾ ਦੀਆਂ, ਵੇ ਹੋਰ ਸਹੇਲੀਆਂ ਗਰਮ ਸੁਭਾ ਦੀਆਂ, ਤੂੰ ਸੁਭਾ ਦੀ ਚੰਗੀ ਵਲਾਟਾਂ ਨਿਕਲਦੀਆਂ, ਜਦੋਂ ਕੋਲ ਦੀ ਲੰਘੀ ਵਲਾਟਾਂ ਨਿਕਲਦੀਆਂ, ਜਦੋਂ ਕੋਲ ਦੀ ਲੰਘੀ ਵਲਾਟਾਂ ਨਿਕਲਦੀਆਂ। ਧੰਨਵਾਦ।